ਵਾਧੂ ਪਿਆ ਜੀ, ਚੇਤਨ ਕੋਲੇ ਵੀ ਗਏ ਨੇ ਸਾਡੀ ਕਲੋਨੀ ਦੇ ਬੰਦੇ ਇਕੱਠੇ ਹੋ ਗਏ ਜੀ, ਕੋਈ ਰਾਹ ਨਹੀਂ ਦੇ ਰਹੇ ਜੀ। ਸਮਾਣਾ ਦਾ ਮਿੰਨੀ ਬਾਈਪਾਸ ਤੁਹਾਨੂੰ ਦਿਖਾਉਣ ਜਾ ਰਿਹਾ, ਜਿਹੜੇ ਕਿ 6 ਮਹੀਨੇ ਟੁੱਟਿਆ ਪਿਆ। ਇਹ ਜਿਹੜੀ ਸੜਕ ਤੁਸੀਂ ਦੇਖ ਰਹੇ ਹੋ, ਇਸ ਸੜਕ ਦੇ ਹਾਲਾਤ ਕੀ ਹੈ? ਟੁੱਟੀ ਪਈ ਸੜਕ ਬਿਲਕੁਲ, ਸਾਰੇ ਰਸਤਾ ਸੀਵਰੇਜ ਦੇ ਨਾਮ ਤੇ ਪੱਟੀ ਗਈ ਦੀ ਸੜਕ। ਇਹ ਸੜਕ ਸਮਾਣਾ ਬਾਗੜ ਨਹਿਰ ਕੇ ਪਟਿਆਲਾ ਪੁਲ ਤੋਂ ਬੜੇਚਾ ਰੋਡ ਤੱਕ, ਬੜੇਚਾ ਰੋਡ ਜਾਂਦੀ ਹੈ ਜਿੱਥੇ ਕਿ ਤਕਰੀਬਨ ਕਾਫੀ ਮਤਲਬ ਅੱਗੇ ਪਿੰਡ ਲੱਗਦੇ ਵੀ ਬਾਈਪਾਸ, ਮਿੰਨੀ ਬਾਈਪਾਸ ਇਹਨੂੰ ਕਹਿ ਸਕਦੇ ਹਾਂ। ਲੇਕਿਨ 6 ਮਹੀਨੇ ਤੋਂ ਵੱਧ ਵਕਤ ਹੋ ਗਿਆ, ਇਹ ਸਾਰੀ ਸੜਕ ਟੁੱਟੀ ਪਈ ਹੈ। ਰਜਵਾਹੇ ਦੇ ਨਾਲ ਨਾਲ ਨਾਮਧਾਰੀ ਕਲੋਨੀ, ਅੱਗੇ ਹੋਰ ਵੀ ਕਲੋਨੀ ਹੈ ਜਿਹੜਾ ਰਸਤਾ ਬਿਲਕੁਲ ਨਹੀਂ ਹੈ, ਜਿਸ ਕਰਕੇ ਲੋਕ ਪਰੇਸ਼ਾਨ ਹੋ ਰਹੇ ਹੈ, ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹੈ ਵੀ ਇਸ ਸੜਕ ਨੂੰ ਬਣਾਇਆ ਜਾਵੇ। ਇਸ ਲਈ ਅਸੀਂ ਵੀ ਅਪੀਲ ਕਰਦੇ ਹਾਂ ਵੀ ਇਸ ਸੜਕ ਨੂੰ ਘੱਟੋ ਘੱਟ ਜੇ 6 ਮਹੀਨੇ ਦੇ ਵਕਤ ਦਾ ਵਕਤ ਹੋ ਗਿਆ, ਇਸ ਬਾਈਪਾਸ ਕੇ ਉੱਪਰ ਪ੍ਰੀਮਿਕਸ ਪਾ ਕੇ ਇਸ ਸੜਕ ਨੂੰ ਤੁਰੰਤ ਬਣਾਇਆ ਜਾਵੇ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਇਹ ਆ ਰਹੀ ਹੈ ਕਿ ਪਾਣੀ ਖੜਦਾ ਜੀ ਉਰੇ, ਮਤਲਬ ਚਿੱਕੜ ਹੁੰਦਾ ਗਾ, ਕੋਈ ਮਤਲਬ ਲਾਂਘਾ ਤੰਗਾ ਨੀ ਹੈਗਾ ਇੱਧਰ ਆਣਾ ਜਾਣ ਦਾ। ਕਿਸੇ ਨੂੰ ਬਣਾਉਣ ਵਾਸਤੇ ਵਾਧੂ ਪਿਆ ਜੀ, ਚੇਤਨ ਕੋਲੇ ਵੀ ਗਏ ਨੇ ਸਾਡੀ ਕਲੋਨੀ ਦੇ ਬੰਦੇ ਇਕੱਠੇ ਹੋ ਗਏ ਜੀ, ਕੋਈ ਰਾਹ ਨਹੀਂ ਦੇ ਰਹੇ ਜੀ। ਇਹ ਕਾਫੀ ਚਿਰ ਹੋ ਗਿਆ ਜੀ, ਇਹਨੂੰ ਦੇਖਦੇ ਤਾਂ ਕਾਫੀ ਚਿਰ ਤੋਂ ਆਏ ਸੀ। ਹੁਣ ਕੱਚਾ ਰਸਤਾ ਹੈ, ਕਿੰਨਾ ਮੁਸ਼ਕਿਲ ਆ ਰਹੀ? ਉਹ ਮੁਸ਼ਕਿਲ ਜੀ, ਰਾਤੀ ਇੱਧਰ ਲੰਘਿਆ ਸੀ ਤੇ ਉਹ ਮੈਂ ਲੰਘਦੇ ਲੰਘਦੇ ਰਾਤੀ ਮੇਰੀ ਬਲਬ ਹੀ ਝੜ ਗਿਆ ਮੋਟਰਸਾਈਕਲ ਦਾ, ਇੰਨਾ ਖਾਂਚੇ ਨੇ, ਬਹੁਤ ਬੁਰਾ ਹਾਲ ਹੈ ਜੀ। ਕੀ ਮੰਗ ਕਰਦੇ ਹੋ? ਇਹਦੇ ਹੀ ਮੰਗ ਕਰਦੇ ਵੀ ਸਗੋਂ ਸੜਕ ਸਾਫ਼ ਸੁਥਰੀ ਹੋਣੀ ਚਾਹੀਦੀ, ਸੜਕ ਬਣਨੀ ਚਾਹੀਦੀ ਹੈ ਨਵੀਂ। ਇਹ ਸੜਕ ਦਾ ਬਹੁਤ ਬੁਰਾ ਹਾਲ ਆ, ਔਰ ਆਵਾਜਾਈ ਵੀ ਇੱਧਰ ਕਾਨੂੰਨੀ ਆ, ਬਹੁਤ ਮਤਲਬ ਕਿ ਰਹਿਸ਼ ਆ ਇੱਧਰ ਵੀ, ਇਹ ਸੜਕ ਬਣਨੀ ਚਾਹੀਦੀ ਹੈ, ਬਹੁਤ ਬੁਰਾ ਹਾਲ ਹੈ ਇਹਦਾ। ਕੱਚਾ ਰਸਤਾ ਹੈ, ਮੀਂਹ ਪੈ ਜਾਂਦਾ ਫਿਰ ਕੀ ਬਣਦਾ? ਬਹੁਤ ਬੁਰਾ ਹਾਲ ਹੋ ਜਾਂਦਾ ਜੀ, ਮੀਂਹ ਪੈਣ ਦੇ ਬਾਅਦ ਇੱਧਰੋਂ ਗਲੀਆਂ ਚੋਂ ਆਉਂਦੇ ਆ, ਗਲੀਆਂ 'ਚ ਕਾਰਾਂ ਖੜੀਆਂ ਹੁੰਦੀਆਂ ਨੇ, ਹੋਰ ਪਾਸੋਂ ਦੀ ਕੋਈ ਰਾਹ ਨਹੀਂ, ਇਹ ਮੇਨ ਰਸਤਾ ਜੇ ਬਣ ਜੇ ਤਾਂ ਬਹੁਤ ਵਧੀਆ ਰਹੂਗਾ। ਇਹਦਾ ਹਾਲਾਤ ਹੈ, ਤੁਸੀਂ ਆਪ ਹੀ ਦੇਖ ਸਕਦੇ ਹੋ ਕਿਵੇਂ ਖਸਤਾ ਹਾਲਤ ਬਣੀ ਹੋਈ ਹੈ। ਇਹ ਪੱਟੇ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ? ਇਹਨੂੰ ਪੱਟੇ ਨੂੰ ਹੋ ਗਏ ਸਾਲ ਹੋ ਗਿਆ, ਪੱਟੇ ਨੂੰ ਅੱਧਾ ਰਾਹ ਬਣੇ ਅੱਧਾ ਛੱਟ। ਜੇ ਮੀਂਹ ਪੈ ਜੇ ਫਿਰ ਕੀ ਬਣਦਾ? ਮੀਂਹ ਪੈ ਜਾਵੇਗੀ, ਚੱਕਰ ਚੱਕਰ ਬੜਾ ਹਾਲ, ਫਿਰ ਇਸਦਾ ਤਾਂ ਸੁਧਾਰ ਹੋਣਾ ਚਾਹੀਦਾ, ਫਿਰ ਬੜਾ ਮਹੱਲੇ ਵਾਸੀਆਂ ਨੂੰ ਵੀ ਦਿੱਕਤ ਹੈ। ਮਿੰਨੀ ਬਾਈਪਾਸ ਆ ਜੀ, ਇਹਨੂੰ ਇਹਨੂੰ ਘੱਟੋ ਘੱਟ ਸਾਲ ਹੋ ਗਿਆ ਸੀਵਰੇਜ ਪਏ ਨੂੰ, ਵੀ ਹਜੇ ਮੁੜ ਕੇ ਬਣੀ, ਲੋਕਾਂ ਦਾ ਬੜਾ ਔਖਾ ਆਉਣਾ ਜਾਣਾ ਇੱਥੇ। ਕਿੰਨੀ ਮੁਸ਼ਕਿਲ ਹੁੰਦੀ ਹੈ, ਬਰਸਾਤ ਹੋ ਜੇ, ਕੁਛ ਹੋਰ ਹੋ ਜੇ? ਬਹੁਤ ਮੁਸ਼ਕਿਲ ਹੈ ਜੀ, ਕਈ ਹੱਥ ਪੈਰ ਟੁੱਟ ਗਏ ਜੀ, ਕਈ ਡਿੱਗ ਜਾਂਦੇ ਨੇ, ਟੋਹੇ ਟਾਏ ਬਹੁਤ ਨੇ, ਕੋਈ ਲਾਈਟ ਨਹੀਂ, ਕੋਈ ਕੁਛ ਨਹੀਂ ਹੈ ਜੀ, ਕੋਈ ਗੌਰ ਹੀ ਨਹੀਂ ਕਰੀ ਸਰਕਾਰ। ਹਾਂਜੀ, ਸਾਲ ਤੋਂ ਉੱਪਰ ਹੋ ਗਿਆ ਜੀ ਇਹਨੂੰ। ਕੀ ਮੰਗ ਕਰਦੇ ਤੁਸੀਂ? ਅਸੀਂ ਕਹਿੰਦੇ ਸੜਕ ਛੇਤੀ ਛੇਤੀ ਬਣਾਈ ਜਾਵੇ, ਵੀ ਜਦ ਲੋਕਾਂ ਨੂੰ ਥੋੜ੍ਹਾ ਸੁਖਾਲਾ ਹੋ ਜੇ ਵੀ ਆਉਣਾ ਜਾਣਾ, ਬੱਚੇ ਸਕੂਲ ਜਾਣ ਤੋਂ ਵੀ ਉਹਨੇ ਬੱਸਾਂ ਨਹੀਂ ਆਉਂਦੀਆਂ, ਬਹੁਤ ਔਖਾ ਹੁੰਦਾ ਜੀ, ਬੱਸਾਂ ਨਹੀਂ ਆਉਂਦੀਆਂ ਹੈਗੀਆਂ, ਬੱਚੇ ਸਕੂਲ ਨਹੀਂ ਜਾ ਪਾਉਂਦੇ, ਦੂਰ ਜਾਣਾ ਪੈਂਦਾ ਠੰਡ 'ਚ ਉਹਨਾਂ ਨੂੰ। ਹਾਂਜੀ, ਇਸ ਕਰਕੇ ਵੀ ਸਰਕਾਰ ਨੂੰ ਕਹਿੰਦੇ ਵੀ ਛੇਤੀ ਛੇਤੀ ਬਣਾਈ ਜਾਵੇ ਸੜਕ। ਸਰਕਾਰੀ ਹਸਪਤਾਲ ਜਾਣ ਦੇ ਲਈ ਇਸ ਰਸਤੇ ਦੀ ਵਰਤੋਂ ਕੀਤੀ ਜਾ ਸਕੇ। ਕੈਮਰਾਮੈਨ BK ਗਰਗ ਦੇ ਨਾਲ ਪੁਰਸ਼ੋਤਮ ਕੌਸ਼ਿਕ, ਨਿਊਜ਼ 18 ਪੰਜਾਬ, ਸਮਾਣਾ।